ਪਾਕਿਸਤਾਨ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇ ਮੌਕੇ 29 ਜੂਨ ਤੋਂ ਕਰਤਾਰਪੁਰ ਲੰਗਾ ਖੋਲ੍ਹਣ ਲਈ ਤਿਆਰ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਟਵੀਟ ਕਰਕੇ ਕਿਹਾ ਕਿ ਦੁਨੀਆ ਭਰ ਵਿੱਚ ਧਾਰਮਿਕ ਥਾਵੇਂ ਖੁੱਲ ਗਈਆਂ ਨੇ ਅਤੇ ਪਾਕਿਸਤਾਨ ਵੀ ਸਾਰੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲੰਗਾ ਖੋਲ੍ਹਣ ਲਈ ਤਿਆਰ ਹੈ ਕਤਾਰਪੁਰ ਲਾਂਗਾ ਕੋਰੋਨਾ ਵਾਇਰਸ ਕਾਰਨ 16 ਮਾਰਚ ਤੋਂ ਬੰਦ ਕਰ ਦਿੱਤਾ ਗਿਆ ਸੀ ਉਰਤੋਂ ਹੁਣ ਤੱਕ ਭਾਰਤ ਤੇ ਪਾਕਿਸਤਾਨ ਦੋਵਾਂ ਨੇ ਹੀ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿੱਚ ਲਿਆ ਤੇ ਭਾਰਤ ਦੇ ਇਸ ਵੇਲੇ ਕੋਰੋਨਾ ਵਾਇਰਸ ਸਭ ਤੋਂ ਵੱਧ ਮਾਮਲੇਵਰੇ ਮੁਲਕਾਂ ਦੀ ਸ਼੍ਰੇਣੀ ਵਿੱਚ ਚੌਥੇ ਨੰਬਰ ਤੇ ਪਹੁੰਚ ਗਿਆ ਹੈ ਜਦ ਕਿ ਪਾਕਿਸਤਾਨ ਵਿੱਚ ਵੀ ਕੋਈ 2 ਲੱਖ ਕੋਰੋਨਾ ਵਾਇਰਸ ਦੀ ਪੋਜ਼ਿਟਿਵ ਵਾਲੇ ਮਾਮਲੇ ਪਾਏ ਗਏ ਨੇ ਜੇਕਰ ਡੋਗੇ ਕਿ ਕਰਤਾਰਪੁਰ ਲੰਘਾ ਵੀਜ਼ਾ ਮੁਕਤ ਅਤੇ ਸੁਰੱਖਿਅਤ ਲੰਘਾਏ ਜੋ ਭਾਰਤ ਨੂੰ ਪਾਕਿਸਤਾਨ ਸਥਿਤ ਕਰਤਾਰਪੁਰ ਵਿਖੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਨਾਲ ਜੋੜਦਾ ਹੈ ਕਰਤਾਰਪੁਰ ਉਹ ਪਾਵਨ ਧਰਤੀ ਹੈ ਜਿੱਥੇ ਪਹਿਲੀ ਪਾਸ਼ਾ ਸ਼੍ਰੀ ਗੁਰੂ ਲੰਗਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਕੋਈ 18 ਸਾਲ ਬਿਤਾਏ ਅਤੇ ਇੱਥੇ ਹੀ ਉਹ ਜੋਤੀ ਜੋਤ ਸਮਾਏ